ਬਣੀਏ ਨੇ ਕਿਸਾਨ ਨੂੰ ਨੱਪ ਲਿਆ ਸੀਗਾ ਤੇ ਉੱਤੇ ਪਿਆ ਰੋਈ ਜਾਂਦਾ ਸੀਗਾ। ਕਿਸੇ ਨੇ ਪੁੱਛਿਆ ਕਿਉਂ ਰੋਈ ਜਾਂਦਾ, ਉਹ ਕਹਿੰਦਾ ਜਦੋਂ ਇਹ ਉੱਠ ਪਿਆ ਤਾਂ ਮੈਨੂੰ ਕੁੱਕੂਗਾ। ਹੁਣ ਇਹਦਾ ਇਲਾਜ ਕੀ ਹੈ ਜੇ ਹਿੰਦੂ ਅਜੇ ਵੀ ਡਰੀ ਜਾਂਦੇ ਆ? ਐਟਮ ਬੰਬ ਉਹਨਾਂ ਕੋਲ ਹੈ, ਪਰਮਾਣੂ ਬੰਬ ਉਹਨਾਂ ਦੇ ਕੋਲ ਹੈ, ਸਾਰਾ ਕੁਛ ਹੈ, ਅਤੇ ਡਰਨ ਦੀ ਕੋਈ ਲੋੜ ਹੈ? ਜੇ ਸਿੱਖਾਂ ਨਾਲ ਚੰਗਾ ਰਸੂਖ ਰੱਖਣਗੇ ਤਾਂ ਫਿਰ ਇਹ ਡਰ ਉੱਤਰ ਜੂਗਾ। ਜੇ ਸਿੱਖਾਂ ਨਾਲ ਵੀ ਨਹੀਂ ਰੱਖਣਾ ਰਸੂਖ ਅੱਛਾ ਤਾਂ ਫਿਰ ਡਰ ਤਾਂ ਪੈਂਦਾ ਰਹੂਗਾ, ਅਤੇ ਚੰਗਾ ਹੀ ਜੇ ਡਰ ਪਊਗਾ ਤਾਂ ਚੰਗਾ ਹੀ ਆ ਫਿਰ ਸਾਡੇ ਲਈ। ਤਾਂ ਰਾਜ ਬਿਨਾ ਨਾ ਧਰਮ ਚੱਲੇ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ 1849 ਦੇ ਵਿੱਚ ਰਾਜ ਚੱਲਿਆ ਗਿਆ ਸੀ, ਫਿਰ ਜਿਹੜੀਆਂ ਕ੍ਰਿਸਚਨ ਮਿਸ਼ਨਰੀ ਸੀਗੇ, ਆਰੀਆ ਸਮਾਜੀ ਸੀ, ਉਹ ਬਹੁਤ ਐਕਟਿਵ ਹੋ ਗਏ ਸੀਗੇ। ਅਤੇ ਰਾਜ ਬਿਨਾ ਨਾ ਧਰਮ ਚੱਲਿਆ, ਜਿੰਨਾ ਚਿਰ ਸਿੱਖਾਂ ਨੂੰ ਆਪਣਾ ਅਲੱਗ ਦੇਸ਼ ਖਾਲਿਸਤਾਨ ਨਹੀਂ ਮਿਲਦਾ, ਇਹੋ ਜਿਹੀ ਗੱਲ ਹੁੰਦੀ ਰਹੂਗੀ। ਕੁੱਲ ਉਹਨਾਂ ਦਾ ਜੀ 91 ਲੱਖ ਰੁਪਈਆ ਇਹਨਾਂ ਨੇ ਜੋ SGPC ਨੇ ਮਾਫ਼ੀ ਦੇ ਦਿੱਤੀ ਸੀ ਸਰਸੇ ਵਾਲੇ ਨੂੰ, ਉਹਦੇ 'ਤੇ ਅਖਬਾਰਾਂ 'ਤੇ ਖਰਚਾ ਹੈਗਾ ਐਡਵਰਟਾਈਜ਼ ਕਰਨ ਦੇ ਲਈ। ਉਹ ਜੀ ਸਿੱਖ ਬਹੁਤ ਸਿਆਣੀ ਕੌਮ ਹੈ, ਅਸੀਂ ਕਿਸੇ ਦੇ ਦਲਾਲ ਨਹੀਂ ਹੈਗੇ, ਨਾ ਹਿੰਦੂ ਨਾ ਮੁਸਲਮਾਨ ਦੇ ਨਾ ਇਸਾਈ ਦੇ। ਸਾਡੀ ਆਪਣੀ ਸਿਆਸਤ ਹੈ, ਸੂਓ ਸੋਵਰਨ, ਅਸੀਂ ਆਪਣੇ ਆਪ ਨੂੰ ਬਾਦਸ਼ਾਹੀ ਸਮਝਦੇ ਹਾਂ। ਸਾਨੂੰ ਇਸ ਤਰ੍ਹਾਂ ਸਮਝਣਾ ਕਿ ਅਸੀਂ ਕਿਸੇ ਦੇ ਨਾਲ ਖੇਡ ਜਾਵਾਂਗੇ, ਇਹ ਗਲਤ ਗੱਲ ਹੈ। ਹਿੰਦੂ ਦਾ ਨਾ ਰਾਜ ਕਦੇ ਹਿਸਟਰੀ ਦੇ ਵਿੱਚ ਹੋਇਆ ਨਹੀਂ, ਸਿਰਫ ਹਿੰਦੂ ਦਾ ਅਯੋਧਿਆ ਦੇ ਵਿੱਚ ਰਾਜ ਹੋਇਆ, ਉਹ ਤੋਂ ਬਾਅਦ 47 ਦੇ ਵਿੱਚ ਹਿੰਦੂ ਦਾ ਰਾਜ ਆਇਆ। ਇਹਨਾਂ ਵਿਚਾਰਿਆਂ ਨੂੰ ਤਜਰਬਾ ਨਹੀਂ ਰਾਜ ਦਾ। ਹੁਣ ਜੇ ਬਰਗਾੜੀ ਦੇ ਵਿੱਚ ISI ਆ ਗਈ ਹੈ, ਤੁਸੀਂ ਦੇਖੋ ਕਿ 7 ਤਰੀਕ ਨੂੰ ਬਾਦਲ ਸਾਹਿਬ ਨੇ ਆਪਣੇ ਲੰਬੀ ਵੱਡਾ ਮੋਰਚਾ ਲਾਇਆ ਸੀਗਾ, ਅਤੇ ਕਾਂਗਰਸ ਨੇ ਪਟਿਆਲੇ ਵਿੱਚ ਲਾਇਆ ਸੀ। ਜੇ ਦੋਨਾਂ ਦੀ ਗਿਣਤੀ ਕਰ ਲਓ, ਉੱਦਣ ਬਰਗਾੜੀ ਦੇ ਵਿੱਚ ਬਹੁਤ ਜ਼ਿਆਦਾ, 1947 ਤੋਂ ਬਾਅਦ ਇੰਡੀਆ ਬਣਿਆ, ਅਤੇ ਹਿੰਦੂ ਇੱਕ ਦੂਜੇ ਦੇ ਵਾਲ ਨਹੀਂ ਪੱਟ ਰਹੇ। ਅਤੇ ਇਜ਼ਰੇਲ 1948 ਦੇ ਵਿੱਚ ਆਜ਼ਾਦ ਹੋਇਆ, ਉੱਥੇ 13 ਪਾਰਟੀਆਂ ਹੈਗੀਆਂ, ਉਹਨਾਂ 13 ਪਾਰਟੀਆਂ ਦੇ ਵਿੱਚ ਇੱਟ ਕੁੱਤੇ ਦਾ ਵੈਰ ਹੈ। ਅਤੇ ਇਹ ਤੁਸੀਂ ਕਿਉਂ ਕਹਿ ਰਹੇ ਹੋ ਕਿ ਜੇ ਖਾਲਿਸਤਾਨ ਬਣ ਜੂਗਾ ਤਾਂ ਉੱਥੇ ਇਹ ਲੜਾਈ ਨਹੀਂ ਹੋਊਗੀ? ਆਪਸ ਦੇ ਵਿੱਚ ਧੜੇ ਹੁੰਦੇ ਆ, ਲੜਾਈ ਹੁੰਦੀ ਹੈ, ਪਰ ਜਿਹੜਾ ਆਪਣਾ ਮੁਲਕ ਹੁੰਦਾ ਉਹਨੂੰ ਜਦੋਂ ਖਤਰਾ ਹੋਵੇ ਫਿਰ ਸਾਰੇ ਇਕੱਠੇ ਤਾਂ ਹੋ ਜਾਂਦੇ ਆ ਨਾ। ਸਾਡਾ ਆਜ਼ਾਦ ਮੁਲਕ ਨਹੀਂ ਨਾ ਹੈਗਾ, ਪੰਜਾਬ ਤਾਂ ਪੰਜਾਬੀਆਂ ਦਾ ਹੀ ਆ, ਪੰਜਾਬੀਆਂ ਦਾ ਹੈਗਾ, ਪਰ ਆਜ਼ਾਦ ਜੇ ਹੋਈਏ ਫਿਰ ਹੀ ਹੈ ਨਾ।